ਸ਼ਕਾਲ ਜੀ ਸਾਰਿਆਂ ਨੂੰ ਐਂਡ ਵੈਲਕਮ ਟੂ ਅਵਰ ਯੂਟਿਊਬ ਚੈਨਲ। ਸੋ ਅੱਜ ਕਾਫੀ ਦਿਨ ਬਾਅਦ ਵਲੌਗ ਸਟਾਰਟ ਕੀਤਾ ਆ ਤੇ ਸ਼ਾਮ ਦਾ ਟਾਈਮ ਆ, ਆਈ ਥਿੰਕ 5 ਵੱਜ ਗਏ ਆ। ਸੋ ਫਿਰ ਹੁਣ ਸ਼ਾਮ ਦੇ ਕੰਮ ਸਟਾਰਟ ਹੋ ਗਏ ਆ ਤੇ ਮੈਂ ਹੁਣ ਸਬਜ਼ੀ ਬਣਾਉਣ ਲੱਗੀ ਸੀ। ਤੋਂ ਪਹਿਲਾਂ ਹੁਣ ਮੰਮੀ ਫਿਰ ਗਾਈ ਚੋਣ ਚੱਲੇ ਆ। ਸੋ ਅੱਜ ਸ਼ਾਮ ਦਾ ਵਲੌਗ ਅਸੀਂ ਬਣਾਵਾਂਗੇ। ਸੋ ਦੇਖਦੇ ਹਾਂ ਕਿੱਦਾਂ ਦਾ ਬਣਦਾ ਆ। ਸੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਜਿਹੜੇ ਵੀ ਅੱਜ ਪਹਿਲੀ ਵਾਰ ਵੀਡੀਓ ਦੇਖਣਗੇ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਵੀਡੀਓ ਨੂੰ ਲਾਈਕ ਵੀ ਕਰਿਓ ਜੇ ਵਧੀਆ ਲੱਗੀ। ਅਤੇ ਜਿਨ੍ਹਾਂ ਨੇ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਦਾ ਬਹੁਤ ਬਹੁਤ ਥੈਂਕਸ ਆ ਅਤੇ ਸੋਹਣਾ ਜਿਹਾ ਕਮੈਂਟ ਵੀ ਜ਼ਰੂਰ ਕਰਿਓ। ਸੋ ਹੁਣ ਬਹੁਤੀ ਦੇਰ ਨਾ ਕਰਦੇ ਹੋਏ ਸੋ ਹੁਣ ਅੱਗੇ ਵੀਡੀਓ ਸਟਾਰਟ ਕਰਦੇ ਹਾਂ ਅੱਜ ਦੀ। ਮੰਮੀ ਰੈਡੀ? ਹੁਣ ਇੱਧਰ ਮੰਮੀ ਨੇ ਸਬਜ਼ੀ ਕੱਟੀ ਸੀ। ਅਬੂ ਅੱਜ ਅੰਦਰ ਹੀ ਆ ਆਪਣੇ ਡੈਡਾ ਦੇ ਕੋਲ। ਹੁਣ ਉਹ ਕਦੇ ਕੁਛ ਮੰਗਦੀ ਆ ਕਦੇ ਕੁਛ, ਅਤੇ ਬਾਹਰੋਂ ਲੈ ਕੇ ਨਹੀਂ ਆਉਂਦਾ ਫਿਰ ਉਹਨੇ ਵੀਡੀਓ ਬਣਾਉਣ ਨਹੀਂ ਦੇਣੀ ਹੈਗੀ। ਇੱਦਾਂ ਇਲਤਾ ਕਰਦੀ ਆ ਕੇ ਫਿਰ ਹੈਲੋ ਉਹ ਹੈਗੀ ਆ ਜੀ ਅਵਨੂਰ ਦੀ ਗੱਬੋ। ਇੱਧਰ ਮੰਮੀ ਨੇ ਚੱਪਲਾਂ ਚੇਂਜ ਕਰ ਲਈਆਂ ਆ, ਇੱਥੇ ਸਾਰੀਆਂ ਗੰਦੀਆਂ ਹੋ ਜਾਂਦੀਆਂ ਆ, ਲਿਪੜ ਜਾਂਦੀਆਂ ਹਨ। ਸਾਰੀ ਸਫਾਈ ਸੰਜੇ ਹੀ ਕਰਦਾ ਆ, ਬਟ ਫਿਰ ਹੁਣ ਇਸ ਟਾਈਮ ਅਤੇ ਜਦੋਂ ਫਿਰ ਇੱਥੇ ਆਉਣਾ ਹੈ ਕੰਮ ਕਰਨਾ ਹੈ ਉਦੋਂ ਤਾਂ ਥੋੜ੍ਹਾ ਬਹੁਤ ਕਰਨਾ ਹੀ ਪੈਂਦਾ ਆ। ਸ਼ਾਮ ਨੂੰ ਵੀ ਹੁਣ 7 ਵਜੇ ਫਿਰ ਸੰਜੇ ਕੰਮ ਤੋਂ ਆ ਕੇ ਇਹਨਾਂ ਨੂੰ ਬਾਹਰ ਫਿਰ ਬੰਨੂਗਾ। ਰਾਤ ਨੂੰ ਤਾਂ ਬਾਹਰ ਹੀ ਹੁੰਦੀਆਂ ਇੱਥੇ ਅਤੇ ਮੱਛਰ ਬਹੁਤ ਜ਼ਿਆਦਾ ਹੁੰਦਾ, ਫਿਰ ਉਹਨੇ ਧੂੰਆਂ ਵਗੈਰਾ ਕੀਤਾ ਹੁੰਦਾ ਮੱਛਰ ਤੋਂ। ਵੈਸੇ ਤਾਂ ਇੱਥੇ ਹੀ ਰਹਿੰਦੀਆਂ ਤੇਰੇ ਪੱਖੇ ਥੱਲੇ।
ਚਲੋ ਜੀ ਹੁਣ ਗਾਈ ਹੁਣ ਚੋ ਲਈ ਆ ਤੇ ਹੁਣ ਲੈ ਕੇ ਚਲੀਏ ਦੁੱਧ ਅੰਦਰ ਤੇ ਹੁਣ ਜੋ ਵੀ ਇਹਦਾ ਕੰਮ ਕਰਨਾ ਆ ਹਵਾਲੀ ਦੇਣੀ ਆ ਸੋ ਹੁਣ ਕਰਦੇ ਹਾਂ ਜਾ ਕੇ ਕੰਮ ਅੱਗੇ ਸੋ ਨਾਲ ਹੀ ਹੁਣ ਜੀ ਕਰਦੇ ਹਾਂ ਇਸ ਵੀਡੀਓ ਦਾ ਅਸੀਂ ਇੱਥੇ ਹੀ ਐਂਡ ਅਤੇ ਹੁਣ ਆਈ ਹੋਪ ਕਿ ਤੁਹਾਨੂੰ ਸਾਡਾ ਇਹ ਛੋਟਾ ਜਿਹਾ ਵਲੌਗ ਵਧੀਆ ਲੱਗਿਆ ਹੋਊਗਾ ਸੋ ਫਿਰ ਮਿਲਦੇ ਹਾਂ ਸਾਨੂੰ ਨੈਕਸਟ ਵਲੌਗ ਦੇ ਵਿੱਚ ਅੱਜ ਤੱਕ ਲਈ ਟੇਕ ਕੇਅਰ ਬਾਏ ਬਾਏ।